गड्डी तू मंगा दे तेल मैं पवानिया, गड्डी तू मंगा दे तेल मैं पवानिया। कलावे गुरु हाँ जा वे ते सही, गड्डी तू मंगा दे ते तेल मैं पवानिया। कितों पवाना ही नहीं तेल, मर जानी है मैं नच नच के कमा कमा के थक गई है, ते तू अगो तेल पवा पवा दे रही है। ਕਿਹੜਾ ਚਮਕ ਹੈ ਜਿਹਨੂੰ ਤੇਲ ਪਵਾ ਕੇ ਦੇਣ ਲੱਗੀ ਏ, ਗੱਡੀ ਤੂੰ ਮੰਗਾ ਦੇ, ਗੱਡੀ ਵਾਲਾ ਬੂਥਾ ਹੈ ਤੇਰਾ, ਮਰ ਜਾਣੀ ਏ ਤੇਰੇ ਕੋਲ ਤੇ ਉਹ ਗੱਡੀ ਹੋਣੀ ਚਾਹੀਦੀ ਏ। ਐਡਾ ਤੂੰ ਤੇਲ ਪਵਾਉਣੀ ਏ, ਮੈਂ ਤੇਰੀਆਂ ਲਫੇੜਾ ਮਾਰ ਮਾਰ ਮੂੰਹ ਸਜਾ ਦੇਣੀ। ਗੁਰੂ ਹੋਏਗਾ ਤੇ ਆਪਣੇ ਘਰ ਹੋਏਗਾ, ਮੰਨਿਆ ਮੈਂ ਪਿੰਕੀ ਲਾਹੌਰ ਵਾਲੀ ਖੋਏ ਵਾਲੀ ਮਲਾਈ ਵਾਲੀ ਤੇਰਾ ਚੇਲਾ ਹੈਗੀ ਏ। ਵੇ ਤੇ ਸਹੀ, ਇਹਦਾ ਇਹ ਮਤਲਬ ਨਹੀਂ ਕਿ ਸਾਡੇ ਪੈਸਿਆਂ ਦਾ ਝਾੜ ਕਰੇ ਤੇ ਆਪਣੇ ਚਾਮਕਿਆਂ ਨੂੰ ਤੇਲ ਪਵਾ ਪਵਾ ਦੇਈ ਜਾਵੇ। ਗਜ਼ਬ ਖੁਦਾ ਦਾ, ਗੱਡੀ ਤੂੰ ਮੰਗਾ ਲੈ ਤੇਲ ਮੈਂ ਪਵਾਈਨੀ ਆ, ਮਰ ਜਾਣਾ ਗੁਰੂ ਕਿਹਨੂੰ ਤੇਲ ਪਵਾ ਕੇ ਦੇਣੇ। ਵੇ ਗੁਰੂ ਆ ਵੇਖਿਆ ਨੀ ਆਪਣੇ ਸਿਰ ਦਾ ਹਾਰ, ਆ ਵੇਖਿਆ ਨੀ ਸਿਰ ਦਾ। ਵੇ ਤੇ ਸਹੀ ਮਰ ਜਾਣਗੇ ਤੇਲ ਪਵਾਉਣ ਲੱਗੀ ਏ, ਤੇਰਾ ਤੇ ਸਿਰ ਤੇਲ ਦੇ ਕਾਬਲ ਨੀ ਹੈਗਾ। ਵੇਖ ਤੇ ਸਹੀ, ਤੂੰ ਤੇ ਗੁਰੂ ਆਪਣੇ ਸਿਰ ਦੇ ਵਿੱਚ ਤੇਲ ਪਾਵੇ ਅੰਗੂ ਤੇਲ ਤਿਲਕ ਜਾਂਦਾ। ਯਕੀਨ ਕਰ ਤੇਰੇ ਸਿਰ ਚੋਂ ਤਿਲਕ ਕੇ ਤੇਲ ਦਾ ਵਿਚਾਰੇ ਦਾ ਗੀਟਾ ਨਿਕਲ ਜਾਂਦਾ। ਗਜ਼ਬ ਖੁਦਾ ਦਾ, ਤੇਲ ਮੈਂ ਪਵਾਨੀ ਆ ਪਿੰਕੀ, ਕਿਉਂ ਮੈਂ ਤੇਰੇ ਉੱਤੇ ਤੇਲ ਪਾ ਕੇ ਅੱਜ ਅੱਗ ਲਾ ਦੇਣੀ। ਮੈਂ ਤੇਰੇ ਤੇ ਤੇਲ ਪਾ ਕੇ ਅੱਗ ਲਾ ਦੇਣੀ ਪਿੰਕੀ, ਮੇਰੀ ਸਮਝ ਲੈ ਗੱਲ ਇੱਥੇ ਗਈ ਆ। ਅੱਜ ਕੀ ਲਵਾਂ ਮੈਂ ਗੱਲ, ਗੱਡੀ ਤੂੰ ਮੰਗਾ ਲੈ ਤੇ ਤੇਲ ਮੈਂ ਪਵਾਨੀ ਆ, ਐਡੀ ਗੱਡੀ ਮੰਗਾ ਲੈ, ਮਕਾਨ ਛੱਡਣ ਲੱਗੀ, ਮਕਾਨ ਛੱਡਣ ਲੱਗੀ ਆ, ਗੱਡੀ ਮੰਗਾ ਲੈ ਪਿੰਕੀ, ਐਡਾ ਸਮਾਨ ਲੱਦ ਕੇ ਲਿਜਾਣਾ ਤੂੰ। ਪਿੰਕੀ ਵੇਖ ਲਓ ਤੁਹਾਨੂੰ ਪਾਲਿਆ ਏ, ਜਵਾਨ ਕੀਤਾ ਜਦੋਂ ਮੈਂ ਖੂਬਸੂਰਤ ਆ, ਤੁਹਾਨੂੰ ਪਤਾ ਸਾਰਾ ਕੰਮ ਮੈਂ ਸੰਭਾਲਿਆ ਸੀ। ਹਾਏ ਮੈਂ ਮਾਰ ਗਿਆ। ਵੇ ਗੁਰੂ ਤੂੰ ਕਦੋਂ ਖੂਬਸੂਰਤ ਸੈਂ, ਅੱਲਾ ਦੀ ਮਿਹਰਬਾਨੀ ਨਾਲ ਸ਼ੁਰੂ ਤੋਂ ਹੀ ਤੇਰੇ ਬੇੜੇ ਗਰਕ ਹੋਏ ਨੇ। ਵੇਖ ਤੇ ਸਹੀ, ਮੂੰਹ ਦਾ ਪਤਾ ਹੀ ਨੀ ਲੱਗਦਾ, ਇੱਥੋਂ ਤੱਕ ਮੂੰਹ ਆਉਂਦੇ ਆ, ਇੱਥੋਂ ਤੱਕ ਆਉਂਦੇ ਆ। ਐਡੀ ਤੂੰ ਸੋਹਣੀ ਸੈ, ਪਾਲ ਤੇ ਮੈਂ ਛੱਡਿਆ ਤੁਹਾਨੂੰ ਅਮਾਨ ਨਾਲ, ਮੈਂ ਨੱਚ ਨੱਚ ਕੇ ਅਮਾਨ ਨਾਲ ਆਪਣੇ ਹੱਥ ਹਲਾਲ ਡਾਂਸ ਦੀ ਕਮਾਈ ਖਵਾਈ ਹੈ ਤੈਨੂੰ। ਕਿਉਂ ਨੀ ਨਾਈ ਕੋ ਗਈ ਮੈਨੂੰ ਦੱਸ ਤੇ ਸਹੀ, ਨਾਈ ਕੋ ਕਟਾ ਲੈਂਦੀ ਪੱਖੇ ਚ ਸਿਰ ਦਿੱਤਾ ਕਿਉਂ ਨੀ? ਤੈਨੂੰ ਪਤਾ ਹੈ ਗੌਰਮੈਂਟ ਨੇ ਚਾਰ ਛੁੱਟੀਆਂ ਕਰਤੀਆਂ। ਹਾਏ ਮੈਂ ਮਰ ਗਈ। ਨਹੀਂ ਗੁਰੂ ਕਿੱਡੀ ਭੈੜੀ ਖਬਰ ਸੁਣਾਤੀ ਅਮਾਨ ਨਾਲ। ਵੇ ਤੇ ਸਹੀ, ਆਪਣੇ ਕੋਲੋਂ ਕੁਛ ਹੋਣ ਨੀ ਡਿਆ, ਅੱਗੋ ਕਹਿ ਰਹੇ ਨੇ ਆਵਾਮ ਵੀ ਕੁਛ ਨਾ ਕਰੇ। ਵੇ ਤੇ ਸਹੀ, ਕੀ ਲੋੜ ਸੀ ਇੰਨੀਆਂ ਛੁੱਟੀਆਂ ਦੇਣ ਦੀ? ਫਿਰ ਤੁਸੀਂ ਕਹਿਣਾ ਕਿ ਆਬਾਦੀ ਬਹੁਤ ਵੱਧ ਗਈ। ਪਿੰਕੀ ਤੂੰ ਮੇਰੇ ਨਾਲ ਬਦਤਮੀਜ਼ੀ ਕਰ ਰਹੀ ਹੈ, ਮੈਂ ਤੇਰਾ ਗੁਰੂ ਆ, ਮੈਂ ਤੈਨੂੰ ਅਸਤੀਫਾ ਦੇ ਦੇਣਾ। ਲੈ ਅਸਤੀਫਾ ਦੇ ਦੇਣਾ, ਐਡਾ ਤੂੰ ਇਨਜ਼ਮਾਮ ਲੱਕ। ਕਹਿੰਦਾ ਮੈਨੂੰ ਇਨਜ਼ਮਾਮ ਤੋਂ ਯਾਦ ਆਇਆ, ਸਾਡੀ ਟੀਮ ਸਮੀ ਫਾਈਨਲ ਪਹੁੰਚੇਗੀ ਕਿ ਨਹੀਂ? ਹਾਏ ਗੁਰੂ, ਜੋ ਹਾਲਾਤ ਚੱਲਣ ਡਏ ਨੇ ਉਹ ਘਰ ਪਹੁੰਚ ਜਾਣ ਬੜੀ ਗੱਲ। ਜੇ ਮਾਨ ਨਾਲ ਲੰਕਾ ਜਿੱਤ ਗਿਆ ਤੇ ਸਮੀ ਫਾਈਨਲ ਚ, ਜੇ ਲੰਕਾ ਹਾਰ ਗਿਆ ਤੇ ਤੋੜ ਘਰ। ਕਾਹਦੀ ਤਿਆਰੀ ਹੈ? ਗੌਰਮੈਂਟ ਨੇ ਛੁੱਟੀਆਂ ਕਰਤੀਆਂ ਨੇ, ਤੂੰ ਮੇਕਅਪ ਦਾ ਝਾੜ ਕਿਉਂ ਕਰਨ ਡਈ ਹੈ? ਉੱਤੋਂ ਮੂੰਹ ਵੀ ਤੇਰਾ ਐਡਾ ਵੱਡਾ, ਇੱਕ ਟਾਈਮ ਚ 6 ਤੇ ਸਟਿਕਾਂ ਲੱਗ ਜਾਂਦੀਆਂ ਨੇ। ਮਰ ਜਾਣੀ ਹੈ, ਸੁਰਖੀ ਲਾਉਣੀ ਘਾਟੇ ਤੇ ਚੱਬਦੀ ਬਹੁਤਾ ਹੈ ਤੂੰ। ਪਿੰਕੀ ਕਿਉਂ ਪਰੇਸ਼ਾਨ ਹੋ? ਪਰੇਸ਼ਾਨ ਹੋਵਾਂ ਨਾ, ਮੈਂ ਪੈਸਿਆਂ ਦਾ ਮੇਕਅਪ ਲਿਆ ਲਿਆ, ਥੱਕ ਗਈ ਆ। ਨਾ ਤੂੰ ਨੱਚੇ, ਨਾ ਤੂੰ ਕਿਤੇ ਫੰਕਸ਼ਨ ਤੇ ਜਾਵੇਂ, ਅਮਾਨ ਨਾਲ ਐਵੇਂ ਹੀ ਵੇਖ ਤੇ ਸਹੀ ਤੜਾਵਾ ਕਰਕੇ ਤੇ ਮੇਰੇ ਤੜਾਵੇ ਦਾ ਬੇੜਾ ਗਰਕ ਕਰਨ ਡਈ ਹੈ। ਲੇਕਿਨ ਪਿੰਕੀ ਪਰੇਸ਼ਾਨ ਨਾ ਹੋ। ਮੈਨੂੰ ਕਾਹਦੀ ਪਰੇਸ਼ਾਨੀ ਹੈ? ਮੈਂ ਕਿਹੜਾ ਡਿਆਲਾ ਜੇਲ੍ਹ ਚ ਕੈਦ ਹੋਈ ਆ, ਜਾਂ ਮੈਂ ਕਿਹੜਾ ਕੈਦੀ ਨੰਬਰ 804 ਆ ਜਿਹੜਾ ਮੈਂ ਪਰੇਸ਼ਾਨ ਆ? ਮੈਂ ਪਰੇਸ਼ਾਨ ਕਿਉਂ ਹੋਣਾ? ਪਰੇਸ਼ਾਨ ਤੇ ਉਹ ਕਰਿਆਨੇ ਵਾਲਾ ਜਿਹਦੇ ਹਜੇ ਤੱਕ ਪੈਸੇ ਨਹੀਂ ਦਿੱਤੇ ਅਸੀਂ। ਕਿ ਜਾਵਾਂ ਸਦਕੇ ਹੀ ਜਾਈ ਜਾਨੀ ਹੈ, ਕਿਤੇ ਕੰਮ ਤੇ ਨਾ ਜਾਈ ਤੂੰ। ਮਰ ਜਾਣੀ ਵੇਖ ਤੇ ਸਹੀ, ਲੋਕਾਂ ਦੇ ਗੁਰੂ ਹੁੰਦੇ ਨੇ ਮੇਰਾ ਮਸਤੇ। ਐਡਾ ਗੁਰੂ ਤੂੰ ਅਮਾਨ ਨਾਲ, ਮੈਂ ਤੇ ਇਹ ਵੀ ਨੀ ਕਹਿ ਸਕਦੀ ਵੇ ਗੁਰੂ ਹੋ ਜਾ ਸ਼ੁਰੂ, ਮੈਂ ਇਹੀ ਕਹਿਣਾ ਵੇ ਗੁਰੂ ਧਰ ਮੁੜੂ।
ऐडा गुरु घरे करा गुरु मैं तेन दस दे गवर्नमेंट ने चार चार छुट्टियां करतियां ने मां की बनेगा शादी हाल भला खुलन गए कि नहीं सुने सैनमे थिएटर थूटर मार्किटा सब कुछ बंद हो जाना चार दिन की सब्जी लिया के रख लीए घर च गुरु जी क्योंकि स्मार्ट लॉकडाउन है जेड़ा लाया भी निगराना मैंने अस्सलाम वालेकुम गुरु जी पैरी पैनी हां 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 जिन्ना मेनू गुरु ते वाटे ते मैं तेरे हथी पैनी मैं तेरे हथी पैनी एडी काली जबान छुट्टियां का ना लिया तू अगो प्रौने भी काले धूत ही आए ने तुम पता कि मेनू मूर्तां दी मार्केट चॉकलेट कहते हैं चॉकलेट कहें मां अगे महीने के बाद चॉकलेट खा ली दी सी अज इन्हें चॉकलेट ना रख के मेरे दिलों भी लाती मैनू वैसे चॉकलेट वैसे मेरा ना कालो है तुम्हें नहीं पता कालो बड़ी नसीबा आ लिये कालो बड़ी नसीबा आ लिये मां नाल अग लगी सी बच गई है बस सड़ी है अग तू मैनू याद है गुरु ने मेरा मूंह काला कराता ही बाजी हाय मूंह काला कराता ही ए हुण गुरु ने काला कराया मर जानिए शुरू तो ही हाउसफुल होया है और बाजी इन्हें कल परसों जुती लई है नवी अच्छा तो पता की कीता तू घर नू अग लाती सी ओ क्यों किसी ने पूछे नहीं जुती किने दी लई है ते कित्थों लई है घर नू अग लाती तू ते लोकां का पूछा की होया ते कहिंदा जी घर नू अग लग गई ते जुती बची है जुत्ती बची है ते कहना सी एक पैर सड़ गया ते एक सही है एडी जुत्ती बची है उत्थे ढेर ला मंजे ते इस गुरु ने मैनू बाजी बड़ी बड़ी जगह दलील कराए बड़ी बड़ी जला गुरु नु सवेरे सप्प लड़िया अच्छा पिंड दा चौधरी चौक हस्पताल लै गया उन्हां जांदिया टीका लाया तेनू नहज नू टीका भी लड़ गया माड़े दिन आए ने मां गल नी चौधरी तो याद आया नी कालो हांजी आ जेड़ा गुजरात दा चौधरी चौधरी परवेज लाई ओनू की होया अमान ना इस चौधरी दा नाम ते वर्ल्ड बुक च होना चाहिदा ही ओ क्यों बेचारे दी 20 वारी जमानत होई हुंदे 20 वारी फिर फड़िया गया कल गुरु दरबार से मेरे ना गया की कहिंदा सी उथे कहिंदा नी मैं बाबे नू वी मंदा मैं की होया कहिंदा मैं मंत मन्नी मेरी पूरी नहीं होई इन मरीज बड़े सानू बाबे बड़े तो लड़के दा बार दिया पौड़िया चढ़िया अंदरों एक बंदा बाहर आके कहिंदा इत्थे बाहर ही बह सारे ने सलाम करके बाहर ही आउणा चार छुट्टियां गवर्नमेंट दी है मैं कहा चलो पिंकी कोल चलने आ पिंकी को चलने आ मैं एडा मरी रहन दई आ तू तो मरी रही मैं हालात तो मरी तेरे को अल्लाह तेन मारे तू मैं धोखी है तेरी हालात तो मरी आई है तू साडे हाले इत्थे बड़े डालर चलन डए ने असी भी तेरे तरह आई एम एफ दे 2.5-3 लाख दे मकरूज आधार बिल है मैं मीटर वाले क्या भरावा मैं माड़ी हाँ मेरा बिल मीटर थोड़े दे पिछे कर दे फिर वो सारा मीटर पुट कर 5 घड़ियां पिछे लाया ना कल जी कालो हाँ जी रोटी खानी हाँ जी जा उठो बारो खाया तो साढ़े लिए दो दो लें ना पिंकी इंदे हाथ में रोटी नू खानी मैं तेरे सदके जावा इहदे हाथ की रोटी नहीं खानी ते चल गड्डी मंगा लै गड्डी मंगा लै इत्थों तो चल निकल जा रोटी खा अपने घरों जा सारा वक्त भुल गए ने पिछे दी लत टुटी है लत तेरी फट गए मैं ठुम के लवादी नहीं मैं चलो चस्का पूरा होगा जरूरी है गया गुरु है मानना साडा अज जो इन फाली का अटैक होया सी उदो नहीं सर मैं इतो करके करवाई सू जरूरी है गई मान नाल इतने सही है हूं कौन आ गया हाँ मर गई की होया मैं मर जाने तेरे पिछे पुलिस लगी है जी की इधर इधर लो जी ऐ तो गया ना मेरा बिस्तरा ते मंजा बिस्तरा तकरीबन ठीक ही हो गया किधर है काली टेंशन लैन दी पिंकी बिस्तरा मैं लै के ऐसे 4 दिन रहना बस ले सौरियां दा घर ही एडा तू 4 दिन इत्थे रहना गजब खुदा दा छुट्टियां गवर्नमेंट ने कीतियां ते सियापा पिंकी दी जान नू पै गए हुण कुछ ताण दा बच्चा मेरी गल सुन इत्थे पहले आई हां मैं ये मंजी ते मेरा हक है पौदा ठीक है अपना बिस्तरा पंगा कि तो इंतजाम कर लगा हक मेरा भी ओना ही है समझ आई मंजा तो मैं भी सो सकना क्योंकि मैं वाजा मैं बजाना वा
वाजे बूजे मेनू ना सुनाई इतने पहले मैं आई हाँ मैं ही मंजरी सोना गुरु दस पहले कौन आया तेरे को हाँ कल तू पहले आई है सुन ले चुक बिस्तरा से निकलने वाली गल कर मार गई वे खलो तो सही हाय हाय मैं मैनू भी तो पुछो मर जानी मेरा तो घर जे गल सुनो मेरी यह बंदा मान लिया मेरे तो मैं ही सवाना नहीं तो इसे मंजे तो तेरा कतल करके तेरे को स्थान बचा देंगा मर गई बस आप सानू क्यों पाउन डे हो कतल के धमकिया धुमकिया मैंने थले उतर मेरी गल तो सुनो मैं साडा मंजा ना तोड़ देना मैं तुम दसा मंजे ते मैं ही सोना यार मेरी सुनो खलो जो सानू भी पुछ लो साडे को होर मंजा है भी है कि नहीं एडे में तो सही मेरे प्रौने घट तो मालक बहुते लगन डे खलो भाजी तू बह जा तू भी बह जा खां साहब बह जाओ हाय मैं सदके जावा कैसा वे ते सही टुटी डोई अरगा मूह खलो जा गुरु तेरे स्यापे पाए ने तेरे चेले कीते पिंकी मैं कहनी है कि इस मंजे ते सोना मैं किने सोना खराए हाय इस मंजे ते सोना तू साडा गुरु है तेरा अदब वाला मकाम है तेरे लिए मैं मसीतों मंजा मंगवाया ओदे ते तैनू मैं लम्मे पाउनी आ इधर नू आ मेरी सुनो ना गल मेरी सुनो गल तहमल मजाजी दे नाल नमका लैंदे आ तुहाडा रौला कसम खुदा दा वे ते सही केड़े केड़े चेले कीते मैं कहा पिंकी बाजी हां जी ये रौला बहुत चमका लेना मैं ना कुछ खाण वास्ते मंगवा लो मेरे हाथ दो कीमे वाले नान मंगा ले बच्चा ले कीमे वाले नान मंगा वे ते सही ते खरे काकड़ ने मेरे वास्ते छुट्टियां दित्तियां ने लोकां ने अस्सलाम वालेकुम वालेकुम सलाम ए कौन है बे गुरु चार दिन रहो तो भावे पांच मंजी जगह जुआ कोनी हो एडा बाजी पिंकी वाल रहन आ गए वेख ते सही उन्होंने मंजा मल ले ते इन्हें खरे थले वाला फर्श मल लेना ही ਅਹੀ ਚੜਕਦਾ ਛੱਤ ਤੇ ਹੀ ਲੰਮਾ ਪੈਣਾ ਹੀ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਲੋ ਢੋਲਕ ਵਾਲਾ ਵੀ ਆ ਗਿਆ ਜੀ ਲੋ ਤੁਸੀਂ ਕਿੱਧਰ ਜੀ ਖੈਰ ਨਾਲ ਮੈਂ ਕਿਹਾ ਜੀ ਚਾਰ ਛੁੱਟੀਆਂ ਹੋਈਆਂ ਨੇ ਤੇ ਤੁਹਾਡੇ ਨੂੰ ਮੈਂ ਕਰਾਂ ਲਾ ਕਿੱਥੇ ਲੋ ਜੀ ਕੌਣੇ ਬਹੁਤੇ ਹੋ ਗਏ ਨੇ ਤੇ ਮੰਜਾ ਸਾਡੇ ਕੋਲ ਇੱਕ ਕੇ ਤੁਸੀਂ ਇੰਜ ਕਰੋ ਕਿ ਤੁਸੀਂ ਸਾਰੇ ਹੀ ਸਾਡੇ ਘਰ ਰਵੋ ਉੱਠ ਵੇ ਗੁਰੂ ਹਾਂ ਅਸੀਂ ਜ਼ਰਾ ਪਿੰਡ ਜਾ ਕੇ ਅਸੀਂ ਵੀ ਛੁੱਟੀਆਂ ਗੁਜ਼ਾਰ ਆਈਏ